ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਵੈਲਕਮ ਟੂ ਯੂਰ ਓਨ ਚੈਨਲ ਕੁਵਰਵੀਰ ਵਲੋਗਸ ਸੋ ਬਿਨਾਂ ਕਿਸੇ ਡਿਲੇ ਦੇ ਅੱਜ ਦਾ ਵਲੋਗ ਸ਼ੁਰੂ ਕਰਦੇ ਹਾਂ ਕੈਪਸ਼ਨ ਤੁਸੀਂ ਪੜ੍ਹ ਲਿਆ ਹੋਣਾ ਫਾਈਨਲੀ ਆਫਟਰ 1.5 ਮੰਥ ਆਪਾਂ ਅੱਜ ਘਰ ਲੈ ਕੇ ਆਵਾਂਗੇ ਕੁਵਰਵੀਰ ਨੂੰ ਸੋ ਕੰਮ ਬਹੁਤ ਆ ਵੀਡੀਓ ਲੰਬੀ ਹੋਣ ਵਾਲੀ ਹੈ ਸੋ ਕੋਈ ਫਜ਼ੂਲ ਗੱਲ ਨਹੀਂ ਕਰਾਂਗੇ ਅੱਜ ਸਭ ਤੋਂ ਪਹਿਲਾਂ ਬਾਬਾ ਜੀ ਦਾ ਆਸ਼ੀਰਵਾਦ ਲਵਾਂਗੇ ਬੀਜੀ ਪਾਪਾ ਜੀ ਦੀ ਫੋਟੋ ਦਿਖਾਊਂਗਾ ਤੁਹਾਨੂੰ ਬਹੁਤ ਪੁਰਾਣੀ ਅਤੇ ਉਹਨਾਂ ਦੀ ਬਲੈਸਿੰਗਸ ਹੀ ਆ ਜੋ ਅੱਜ ਇਸ ਮੁਕਾਮ 'ਤੇ ਆ ਅੱਜ ਦਾ ਵਲੋਗ ਹੋਣ ਵਾਲਾ ਅਬਾਊਟ ਗੁੱਡ ਵਾਈਬਸ ਹਾਂ ਇੱਕ ਹੋਰ ਗੱਲ ਜੋ ਮੈਂ ਦੱਸਣੀ ਭੁੱਲ ਗਿਆ ਕਿ ਅੱਜ ਦੋ ਖੁਸ਼ੀ ਦੇ ਮੌਕੇ ਆ ਦੂਜਾ ਇਹ ਆ ਕਿ ਹਰ ਕਿਸੇ ਨੂੰ ਲੱਗਦਾ ਉਹਦਾ ਕਿਡ ਉਹਦੇ ਵਾਸਤੇ ਲੱਕੀ ਆ ਸੋ ਮੈਂ ਵੀ ਉਹੀ ਫੀਲ ਕਰਦਾ ਮੇਰਾ ਬੱਚਾ ਮੇਰੇ ਵਾਸਤੇ ਲੱਕੀ ਆ ਲੱਕੀ ਇੱਦਾਂ ਕਿ ਉਹ ਜਿਸ ਦਿਨ ਉਹਦਾ ਜਨਮ ਹੋਇਆ ਸੀਗਾ ਆਪਾਂ ਲਈ ਸੀ ਨਵੀਂ ਗੱਡੀ ਮਤਲਬ ਥਾਰ ਤੁਸੀਂ ਦੇਖਿਆ ਹੋਣਾ ਸਾਰਿਆਂ ਨੇ ਪਿਛਲੇ ਵਲੋਗ 'ਚ ਸੋ ਅੱਜ ਉਹਨੇ ਘਰ ਆਉਣਾ ਆ ਬਾਈ ਚਾਂਸ ਰੱਬ ਦੀ ਮਿਹਰ ਆ ਕਿ ਅੱਜ ਹੀ ਉਹਨੇ ਘਰ ਆਉਣਾ ਅਤੇ ਅੱਜ ਗੱਡੀ ਦੇ ਕਾਗਜ਼ ਆਪਾਂ ਨੂੰ ਮਿਲ ਚੁੱਕੇ ਆ ਸੋ ਫਾਈਨਲੀ ਗੱਡੀ ਹੁਣ ਆਊਗੀ ਆਪਣੇ ਨਾਮ ਸੋ ਡਬਲ ਖੁਸ਼ੀ ਸੈਲੀਬ੍ਰੇਟ ਕਰਾਂਗੇ ਐਂਡ ਤੱਕ ਦੇਖਿਓ ਮਿਸ ਨਾ ਕਰਿਓ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਵੀ ਕਰਿਓ ਟੀਮ ਬਣੇ ਰਹੋ ਲਓ ਜੀ ਘਰੋਂ ਆਪਾਂ ਤੁਰ ਪਏ ਹਾਂ ਸਭ ਤੋਂ ਪਹਿਲਾਂ ਆਪਾਂ ਟੇਕਦੇ ਮੱਥਾ ਕਿਉਂਕਿ ਮੈਂ ਕਿਤੇ ਵੀ ਜਾਵਾਂ ਪਿੰਡ ਤੋਂ ਬਾਹਰ ਬੈਂਕ ਹੋਵੇ ਚਾਹੇ ਕਿਤੇ ਪਾਰਟੀ 'ਤੇ ਕਿਤੇ ਵੀ ਪਿੰਡ ਦੀ ਵੀਡੀ ਕ੍ਰੋਸ ਕਰੀਏ ਤਾਂ ਸਭ ਤੋਂ ਪਹਿਲਾਂ ਇੱਥੇ ਮੱਥਾ ਟੇਕ ਕੇ ਚਾਹੀਦਾ ਕਿਉਂਕਿ ਇਹਨਾਂ ਦੇ ਮਰਜ਼ੀ ਬਿਨਾਂ ਤਾਂ ਪੱਤਾ ਵੀ ਨਹੀਂ ਹਿਲਦਾ ਸੋ ਆਪਾਂ ਤਾਂ ਫਿਰ ਵੀ ਖੁਸ਼ੀ ਦੇ ਮੌਕੇ 'ਤੇ ਚੱਲੇ ਸਭ ਤੋਂ ਪਹਿਲਾਂ ਲੈਂਦੇ ਆਪਾਂ ਆਸ਼ੀਰਵਾਦ ਬਾਬਾ ਜੀ ਦਾ ਫਿਰ ਚੱਲਦੇ ਆਪਾਂ ਅੱਗੇ ਜ਼ਿਆਦਾ ਜ਼ਰੂਰੀ ਆ ਸੇਫਟੀ ਫਸਟ ਸੋ ਲੈਟਸ ਗੋ ਮੈਂ ਨਕੋਦਰ ਪਹੁੰਚ ਕੇ ਉੱਥੇ ਦੀ ਵੀਡੀਓ ਨਹੀਂ ਪਾਈ ਕਿਉਂਕਿ ਨਕੋਦਰ ਪਹੁੰਚਣ ਦੀ ਵੀਡੀਓ ਆਉਣ ਦੀ ਵੀਡੀਓ ਮੈਂ ਪਹਿਲਾਂ ਪਾ ਚੁੱਕਾ ਸੋ ਮੈਂ ਉਹੀ ਸਾਰਾ ਕੰਟੈਂਟ ਦੁਬਾਰਾ ਰਿਪੀਟ ਨਹੀਂ ਕਰਨਾ ਚਾਹੁੰਦਾ ਜਿੱਦਾਂ ਕੁਵਰ ਨੂੰ ਘਰ ਲਿਆਉਣ ਤੋਂ ਬਾਅਦ ਮੈਂ ਵੀਡੀਓ ਅੱਗੇ ਸ਼ੁਰੂ ਕਰਾਂਗੇ
finally we are home with Kunwar Singh. पिताजी पिताजी पिताजी